ਯੂਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਤੇ ਜੁੜ ਬੈਠੇ ਹੋ ਜੈਸ ਦੇ ਨਾਲ ਸ਼ਾਮ ਦੇ 7 ਵਜ ਚੁੱਕੇ ਨੇ ਬੀਸੀ ਸਾਹਿਬ ਵੈਂਕੂਵਰ ਦੇ ਸਾਹਿਬ ਦੇ ਨਾਲ ਕਿਉਂਕਿ ਕੈਨੇਡਾ ਦੇ ਵਿੱਚ ਵੀ ਅੱਡ ਅੱਡ ਜਗ੍ਹਾ 'ਤੇ ਅੱਡ ਅੱਡ ਟਾਈਮਿੰਗ ਹੈ ਜਿਸ ਤਰ੍ਹਾਂ ਕਿ ਇੰਡੀਆ ਵਾਲੇ ਤੁਹਾਡਾ ਅਤੇ ਸਾਡਾ ਤਾਂ ਪੂਰੇ ਦਿਨ ਦਾ ਹੀ ਫਰਕ ਹੈ ਪਰ ਕੈਨੇਡਾ ਦੇ ਵਿੱਚ ਵੀ ਬਹੁਤ ਜਗ੍ਹਾ 'ਤੇ ਕੋਈ ਘੰਟਾ ਅੱਗੇ ਹੈ ਕੋਈ 2 ਘੰਟੇ ਅੱਗੇ ਆ ਇਸ ਲਈ ਤੁਹਾਨੂੰ ਹਰ ਵਾਰੀ ਦੱਸਿਆ ਜਾਂਦਾ ਕਿ ਬੀਸੀ ਦੇ ਹਿਸਾਬ ਦੇ ਨਾਲ ਵੈਂਕੂਵਰ ਦੇ ਹਿਸਾਬ ਦੇ ਨਾਲ ਸ਼ਾਮ ਦੇ 7 ਵਜੇ ਨੇ ਤੁਸੀਂ ਔਨ ਕਰ ਸਕਦੇ ਹੋ ਫੇਸਬੁੱਕ ਆਪਣੀ ਉਸ ਤੋਂ ਬਾਅਦ ਯੂਟਿਊਬ 'ਤੇ ਜਾ ਕੇ ਵਕਤ ਫੋਰ ਯੂ ਅਤੇ ਦੇਸੀ ਚੈਨਲ ਪਾ ਕੇ ਅਤੇ ਤੀਸਰਾ ਦੇਸੀ ਚੈਨਲ ਘਰ ਬੈਠੇ ਵੱਡੀ ਸਕਰੀਨ ਦੇ ਉੱਪਰ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਸਕਦੇ ਹੋ ਸੋ ਇਹਨਾਂ ਤਿੰਨਾਂ ਜਗ੍ਹਾ 'ਤੇ ਜੁੜਨ ਵਾਲੇ ਆ ਸਭ ਨੂੰ ਸਾਡਾ ਸਵਾਗਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਅਲੈਕਮ ਜਿਉਂਦੇ ਰਹੋ ਖੁਸ਼ ਰਹੋ ਆਬਾਦ ਰਹੋ ਹਮੇਸ਼ਾ ਹੀ ਜ਼ਿੰਦਾਬਾਦ ਰਹੋ ਜ਼ਿੰਦਾਬਾਦ ਦੀ ਜਦੋਂ ਗੱਲ ਆਉਂਦੀ ਹੈ ਤਾਂ ਅੱਜ ਦਾ ਵਿਸ਼ਾ ਅੱਜ ਦੀ ਗੱਲਬਾਤ ਕੁਛ ਕਰਦੇ ਹਾਂ ਜਿੱਤ ਦੀ ਕਿਸਾਨਾਂ ਦੇ ਜਿੱਤ ਦੀ ਸੋ ਅੱਜ ਉਸ ਦੀ ਗੱਲ ਕਰਦੇ ਹੋਏ ਕੁਛ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਗੁਰਮੀਤ ਬਾਵਾ ਜੀ ਬਹੁਤ ਹੀ ਵਧੀਆ ਸਿੰਗਰ ਉਹਨਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਾਂ ਬਿਕੋਜ਼ ਬਹੁਤ ਕੁਛ ਦੁਨੀਆ 'ਚ ਅਸੀਂ ਪਾਉਂਦੇ ਹਾਂ ਅਤੇ ਬਹੁਤ ਕੁਛ ਖੋਨੇ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਤੁਹਾਡਾ ਅਤੇ ਸਾਡਾ ਅੱਧਾ ਘੰਟਾ ਪੂਰਾ ਸਾਥ ਬਣਿਆ ਰਹੇਗਾ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਅਤੇ ਫੋਨ ਨੰਬਰ ਸਾਡਾ ਸਕਰੀਨ 'ਤੇ ਆ ਰਿਹਾ ਅਤੇ ਜੇ ਤੁਸੀਂ ਕੁਛ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਵਟਸਐਪ 'ਤੇ ਇਸੇ ਨੰਬਰ ਦੇ ਉੱਪਰ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ ਕੋਈ ਕਾਲ ਕਰਨਾ ਚਾਹੁੰਦੇ ਹੋ ਤਾਂ ਇਸੇ ਨੰਬਰ 'ਤੇ ਵਟਸਐਪ 'ਤੇ ਕਾਲ ਕਰ ਸਕਦੇ ਹੋ ਅਤੇ ਫੇਸਬੁੱਕ ਦੇ ਉੱਪਰ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਅਤੇ ਚਲੋ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਸਾਡੇ ਹਮੇਸ਼ਾ ਸਾਡਾ ਸਾਥ ਦੇਣ ਵਾਲੇ ਲੰਬੀਆਂ ਉਮਰਾਂ ਮਾਨਣ ਸਾਡੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰ ਦਈਏ ਉਹਨਾਂ ਨੂੰ ਤੁਹਾਨੂੰ ਮਿਲਾ ਦਈਏ ਇੱਕ ਵਾਰੀ ਫਿਰ ਕਹਿੰਦੇ ਹਾਂ ਕਿ ਉਹਨਾਂ ਨੂੰ ਮਿਲਣ ਲੱਗੇ ਜਾਂ ਉਹਨਾਂ ਨੂੰ ਦੇਖਣ ਲੱਗੇ ਅੱਗੇ ਨਾ ਲੰਘ ਜਾਇਆ ਕਰੋ ਥੋੜ੍ਹਾ ਜਿਹਾ ਟਾਈਮ ਕੁਛ ਸੈਕਿੰਡ ਉਹਨਾਂ ਨੂੰ ਜ਼ਰੂਰ ਦੇ ਦਿਆ ਕਰੋ ਕਿਉਂਕਿ ਜੋ ਵੀ ਇਨਸਾਨ ਦੂਸਰਿਆਂ ਲਈ ਕੁਛ ਕਰਦਾ ਜਦੋਂ ਅਸੀਂ ਉਸਦੇ ਲਈ ਟਾਈਮ ਨਹੀਂ ਕੱਢਦੇ ਤਾਂ ਫਿਰ ਕਈ ਵਾਰੀ ਸਾਡਾ ਹੀ ਟਾਈਮ ਭੱਜਣਾ ਸ਼ੁਰੂ ਹੋ ਜਾਂਦਾ ਹੈ ਸੋ 2 ਸੈਕਿੰਡ ਤੁਸੀਂ ਉਹਨਾਂ ਨੂੰ ਦੇਖਣ ਤੋਂ ਬਾਅਦ ਕਦੇ ਕਦੇ ਸਰਵਿਸ ਜਦੋਂ ਲੈਣੀ ਹੋਈ ਉਹ ਤੁਹਾਡੀ ਮਰਜ਼ੀ ਹੈ ਬਟ ਧੰਨਵਾਦ ਕਰਨਾ ਤੁਹਾਡਾ ਜ਼ਰੂਰੀ ਫਰਜ਼ ਜ਼ਰੂਰ ਬਣਦਾ ਹੈ ਕਿਉਂਕਿ ਉਹਨਾਂ ਦੇ ਜ਼ਰੀਏ ਸਾਡੀ ਗੱਡੀ ਚੱਲਦੀ ਹੈ ਅਤੇ ਸਾਡੀ ਗੱਡੀ ਜਦੋਂ ਚੱਲਦੀ ਹੈ ਤਾਂ ਅਸੀਂ ਤੁਹਾਨੂੰ ਮਿਲ ਪਾਉਂਦੇ ਹਾਂ ਅਤੇ ਚਲੋ ਮਿਲਾ ਦਈਏ ਹਰਪ੍ਰੀਤ ਬੇਦੀ ਜੀ ਤੋਂ ਸਟਾਰਟਿੰਗ ਕਰਦੇ ਹਾਂ ਨਿਊ ਸਕੂਲ ਉਸ ਤੋਂ ਬਾਅਦ HS ਵਾਲੀਆ ਨੀਟੂ ਅਤੇ ਸਾਡੇ ਬਿਗ 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 ਸਪੋਂਸਰਸ ਜਿਹੜੇ ਕਿ ਸਭ ਤੋਂ ਵਧੀਆ ਅਤੇ ਕਾਫੀ ਦੇਰ ਤੋਂ ਸਾਥ ਦੇ ਰਹੇ ਨੇ ਪੰਜਾਬੀ ਚੱਕੀ ਕਿਉਂਕਿ ਆਟਾ ਖਾਣਾ ਅਸੀਂ ਉੱਨੀ ਦੇਰ ਨਹੀਂ ਛੱਡਦੇ ਜਿੰਨੀ ਦੇਰ ਤੱਕ ਸਾਡੀ ਜ਼ਿੰਦਗੀ ਚੱਲਦੀ ਹੈ ਪੰਜਾਬੀਆਂ ਲਈ ਆਟਾ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਰੋਟੀ ਤੋਂ ਬਿਨਾਂ ਉਹ ਰਹਿ ਨਹੀਂ ਸਕਦੇ ਪਰ ਜਿਹੜੇ ਲੋਕ ਰੋਟੀ ਨਹੀਂ ਵੀ ਖਾਣਾ ਚਾਹੁੰਦੇ ਤਾਂ ਉਹਨਾਂ ਲਈ ਵੀ ਹਰ ਤਰ੍ਹਾਂ ਦਾ ਆਟਾ ਉੱਥੋਂ ਮਿਲਦਾ ਜਿਹਦੇ ਨਾਲ ਤੁਸੀਂ ਡਿਫਰੈਂਟ ਤਰ੍ਹਾਂ ਦੇ ਚੀਜ਼ਾਂ ਬਣਾ ਕੇ ਆਪਣੀ ਭੁੱਖ ਨੂੰ ਦੂਰ ਕਰ ਸਕਦੇ ਹੋ ਅਤੇ ਚਲੋ ਮਿਲਾਉਂਦੇ ਹਾਂ ਸਾਡੇ ਸਪੋਂਸਰਸ ਹੁਣੇ ਗਏ ਹੁਣੇ ਵਾਪਸ ਆਏ ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਉੱਭਰਦਾ ਇੱਕ ਨਾਂ ਹਰਪ੍ਰੀਤ ਬੇਦੀ ਤੂੰ ਤਾਰੇ ਵਾਂਗੂ ਚਮਕਦਾ ਇੱਕੋ ਇੱਕ ਨਾਂ ਹਰਪ੍ਰੀਤ ਬੇਦੀ ਸਹੀ ਕੀਮਤ ਅਤੇ ਸਹੀ ਜਾਣਕਾਰੀ ਲਈ ਨਾਂ ਯਾਦ ਰੱਖੋ ਘਰ ਲੈਣਾ ਜਾਂ ਘਰ ਵੇਚਣਾ ਹਰਪ੍ਰੀਤ ਬੇਦੀ ਜੀ ਫੋਨ ਕਰੋ 7783174444 ਹਰਪ੍ਰੀਤ ਬੇਦੀ ਚੱਕੀ ਦਾ ਆਟਾ ਸਿਹਤ ਲਈ ਬਹੁਤ ਹੀ ਵਧੀਆ ਹੁੰਦਾ ਹੈ ਅਤੇ ਹੁਣ ਕੈਨੇਡਾ ਦੇ ਵਿੱਚ ਚੱਕੀ ਲੱਗ ਚੁੱਕੀ ਹੈ ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਜਾਂ ਆਪਣੇ ਦਾਣੇ ਲਿਆ ਕੇ ਵੀ ਆਟਾ ਪਿਹਾ ਸਕਦੇ ਹੋ ਆਪਣੇ ਮਸਾਲੇ ਤਿਆਰ ਕਰਵਾ ਸਕਦੇ ਹੋ ਮੱਕੀ ਹੋਵੇ ਬਾਜਰਾ ਹੋਵੇ ਰਾਗੀ ਦਾ ਆਟਾ ਹੋਵੇ ਬਿਲਕੁਲ ਤਾਜ਼ਾ ਲੈਣ ਦੇ ਲਈ ਉਹ ਤੁਹਾਡੇ ਸਾਹਮਣੇ ਆਟਾ ਪੀ ਕੇ ਦੇ ਸਕਦੇ ਨੇ ਉਹਦੇ ਲਈ ਇੱਕੋ ਇੱਕ ਨਾਂ ਯਾਦ ਰੱਖੋ ਪੰਜਾਬੀ ਚੱਕੀ ਸਰੀ ਦੇ ਵਿੱਚ 76 ਅਤੇ 130 'ਤੇ ਪੰਜਾਬੀ ਚੱਕੀ HS ਵਾਲੀਆ ਹੋਮਸ ਲਾਇਸੈਂਸਡ ਬਿਲਡਰ ਕਿਸੇ ਵੀ ਤਰ੍ਹਾਂ ਦਾ ਘਰ ਬਣਾਉਣਾ ਚਾਹੁੰਦੇ ਹੋ ਉਹ ਭਾਵੇਂ ਡਿਜ਼ਾਈਨਰ ਹੋਵੇ ਜਾਂ ਰੈਗੂਲਰ ਹੋਮ ਹੋਵੇ
ओदे ले याद रखो इको नाम एच एस वालिया होम्स। कॉल 604-729-5649। जेडे की सर्टिफाइड ने प्रोजेक्ट नू मैनेजमेंट कर देने, कस्टमर सर्टिफाइड होम बना देने, 10 साल दी गारंटी भी दिन देने। एच एस वालिया होम्स वाले 604-729-5649। न्यू वे हेयर ड्रेसिंग स्कूल एक ऐसी था जिथे आके तुसी अपनी खूबसूरती नू होर भी सवार सकते हो। हेयर कट, हेयर कलरिंग, मेकअप, आईब्रोज ते मेकअप दे नाल ब्यूटी दे नाल जुड़ियां सारियां सर्विसेज न्यू वे हेयर ड्रेसिंग स्कूल विच एक्सपर्ट्स वल्लों दित्तियां जांदियां हन। न्यू वे हेयर ड्रेसिंग स्कूल विच लेजर हेयर रिमूवल ट्रीटमेंट भी दित्ती जांदी है। तिल, मोके, दाग जे तुहाडी ब्यूटी नू खराब कर रहे हन ते घबराउण दी लोड़ नहीं। न्यू वे हेयर ड्रेसिंग स्कूल आओ ते इन्हां सब प्रॉब्लम्स तों छुटकारा पाओ। जे तुसी भी बनना चाहुंदे हो हेयर कट, हेयर कलरिंग, मेकअप, आईब्रोज ते ब्यूटी नाल जुड़ी हर चीज दे एक्सपर्ट ते ज्वाइन कर सकते हो जी न्यू वे हेयर ड्रेसिंग स्कूल। कोर्सेज बारे जानकारी लेने लई तुसी संपर्क कर सकते हो न्यू वे हेयर ड्रेसिंग स्कूल दे विच। न्यू वे हेयर ड्रेसिंग स्कूल गवर्नमेंट वालों ऑथराइज्ड है। तेरे बिना जिंदगी गुजारांगे किवें, जान जान के नू पुकारांगे किवें, करोगे जे करोगे जे दगा करोगे, साडे वाली मौत तुसी वी ते मरोगे, पल्ला वेख दे जुल्म कमाओगे, बड़ा पछताओगे, बड़ा पछताओगे, मुझे छोड़ कर जो तुम जाओगे। एक बार आओगे ते बार बार आओगे नीटू सलोन एंड स्पा। इंश्योरेंस बारे असीं सारे जानते हैं पर फिर भी उसका नाम सुन सार डर जाने कि शायद लाइफ इंश्योरेंस साढ़े मरण तो बाद वालों फायदा कर दिए। पर जेकर तुसी RRSP बारे जानना चाहते हो कि टैक्स किस तरह बचा सकते हो, RRSP लेनी चाहिए है या नहीं लेनी चाहिए, टर्म इंश्योरेंस की है, यूनिवर्सल इंश्योरेंस का की मतलब है ते जां क्रिटिकल इंश्योरेंस कौन कौन ले सकता है, मोरगेज की इंश्योरेंस बैंक तो लेनी चाहिए है या प्राइवेट, साडे बुढ़ापे का सहारा भी की इंश्योरेंस बन सकती है। इन्हां सारियां गल्लां दे जवाब दे लई गैरी जी नूं फोन कर सकदे हो 778-989-3890। लाइफ इंश्योरेंस। ਸੋ ਇਹ ਸੀ ਸਾਡੇ ਸਪੋਂਸਰਸ, ਸਾਡੇ ਵੱਲੋਂ ਵੀ ਅਸੀਂ ਦਿਲੋਂ ਧੰਨਵਾਦੀ ਹਾਂ ਸਾਡੇ ਸਾਰੇ ਸਪੋਂਸਰਸ ਦਾ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ, ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦਿੰਦੇ ਹਾਂ ਕਿਸਾਨਾਂ ਦੀ ਜਿੱਤ ਦੇ ਉੱਪਰ, ਕਿਉਂਕਿ ਉਹਨਾਂ ਦੀ ਜਿੱਤ ਤੋਂ ਬਾਅਦ ਮੇਰਾ ਇਹ ਅੱਜ ਪਹਿਲਾ ਪ੍ਰੋਗਰਾਮ ਹੈ ਤੁਹਾਡੇ ਨਾਲ, ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਸੀ, ਪ੍ਰਕਾਸ਼ ਉਤਸਵ ਸੀ, ਉਸ ਦਿਨ ਤੁਹਾਡੇ ਨਾਲ ਗੱਲ ਕਰ ਰਹੀ ਸੀ ਤਾਂ ਉਸ ਦਿਨ ਪਤਾ ਲੱਗਿਆ ਕਿ ਬਹੁਤ ਵੱਡਾ ਤੋਹਫ਼ਾ ਮਿਲਿਆ ਸਾਡੇ ਕਿਸਾਨਾਂ ਨੂੰ, ਸਾਨੂੰ ਸਭ ਨੂੰ, ਇਕੱਲੇ ਸਾਡੇ ਕਿਸਾਨਾਂ ਦੀ ਨਹੀਂ ਸਾਡੀ ਸਭ ਦੀ ਜਿੱਤ ਹੈ। ਸੋ ਇਸ ਦੇ ਨਾਲ ਹੀ ਅਸੀਂ ਪਹਿਲਾਂ ਸਵਾਗਤ ਕਰ ਦਈਏ ਗਗਨਪ੍ਰੀਤ ਧਾਮੀ ਜੀ, ਰਿਦਮ ਜੀ, ਗੁਰਜੀਤ ਗਰੇਵਾਲ ਜੀ, ਥੈਂਕ ਯੂ ਤੁਹਾਡਾ ਸਾਡੇ ਨਾਲ ਲਾਈਵ ਜੁੜਨ ਦੇ ਲਈ। ਸੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਗੁਰਪੁਰਬ ਵਾਲੇ ਦਿਨ ਹੀ ਮੋਦੀ ਜੀ ਦਾ
ਫੈਸਲਾ ਲੈਣ ਦਾ ਕੀ ਕਾਰਨ ਸੀ? ਇੱਥੇ ਦੋ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ, ਇੱਕ ਵਿਸ਼ਵਾਸ ਸਾਨੂੰ ਸਾਡੇ ਰੱਬ 'ਤੇ, ਸਾਡੇ ਗੁਰੂਆਂ 'ਤੇ, ਕਿਉਂਕਿ ਜਿਹੜਾ ਸਾਡੀ ਜਿੱਤ ਕਰਵਾਉਂਦੇ ਨੇ ਸਾਨੂੰ ਉਹਨਾਂ 'ਤੇ ਵਿਸ਼ਵਾਸ ਹਮੇਸ਼ਾ ਹੀ ਰਿਹਾ, ਹਮੇਸ਼ਾ ਹੀ ਰਹਿੰਦਾ। ਬੇਸ਼ੱਕ ਉਹ ਕਿਤੇ ਨਜ਼ਰ ਨਹੀਂ ਆਉਂਦਾ, ਬੇਸ਼ੱਕ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਸਾਲ ਪੂਰਾ ਹੋ ਗਿਆ ਅਤੇ ਅੱਜ ਦੇ ਦਿਨ ਹੀ ਮੋਦੀ ਨੇ ਕਿਉਂ ਐਲਾਨ ਕੀਤਾ ਹੈ। ਸੋ ਉਸਦਾ ਕਾਰਨ ਸਭ ਤੋਂ ਵੱਡਾ ਕਿ ਸ਼ਾਇਦ ਸਾਡੇ ਗੁਰੂਆਂ ਦੇ ਉੱਪਰ ਵੀ ਭਰੋਸਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੂੰ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇਹ ਦਿਨ ਸਭ ਤੋਂ ਵਧੀਆ ਦਿਨ ਹੈ ਸਾਨੂੰ ਸਭ ਨੂੰ ਖੁਸ਼ਖਬਰੀ ਸੁਣਾਉਣ ਦਾ। 552 ਸਾਲ ਪਹਿਲਾਂ ਜਦੋਂ ਕਲਯੁੱਗ ਸ਼ੁਰੂ ਹੋਇਆ ਤਾਂ ਉਸ ਵੇਲੇ ਗੁਰੂ ਨਾਨਕ ਦੇਵ ਜੀ ਦੇ ਜਨਮ ਲੈਣ ਦੇ ਨਾਲ ਕਹਿੰਦੇ ਨੇ ਸਾਰੀ ਧੁੰਦ ਖਤਮ ਹੋ ਗਈ, ਪਰ ਪਿੱਛੇ ਜੇ ਝਾਤੀ ਮਾਰ ਕੇ ਦੇਖੀਏ ਤਾਂ ਸਾਡੇ ਗੁਰੂਆਂ ਨੇ ਵੀ ਕਿੰਨੀਆਂ ਹੀ ਕੁਰਬਾਨੀਆਂ ਦਿੱਤੀਆਂ ਸਾਡੇ ਵਹਿਮਾਂ ਭਰਮਾਂ ਤੋਂ ਵਿੱਚੋਂ ਸਾਨੂੰ ਬਾਹਰ ਕੱਢਣ ਲਈ ਬਹੁਤ ਕੁਛ ਕੀਤਾ। ਹੁਣ ਜਿਹੜੇ ਇਹ ਤਿੰਨ ਕਾਲੇ ਕਾਨੂੰਨ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਇਹਨਾਂ ਦੀ ਤਰੀਕ 29 ਰੱਖ ਦਿੱਤੀ ਹੈ। ਸੋ ਅੱਜ ਹਲੇ 21 ਤਰੀਕ ਹੈ, ਸੋ 8 ਦਿਨ ਹੋਰ ਇੰਤਜ਼ਾਰ ਹੈ ਸਾਨੂੰ, ਕਿਉਂਕਿ ਜਿੰਨੀ ਦੇਰ ਤੱਕ ਸਾਡੇ ਸਾਹਮਣੇ ਲਿਖਤ ਨਹੀਂ ਆ ਜਾਂਦੀ, ਜਿੰਨੀ ਦੇਰ ਤੱਕ ਲਿਖਿਆ ਹੋਇਆ ਨਹੀਂ ਆ ਜਾਂਦਾ, ਉਨੀ ਦੇਰ ਤੱਕ ਦਿਲ ਤੱਕ ਤੱਕ ਹੀ ਵੱਜਦਾ ਹੈ। ਕੱਲ੍ਹ ਮੈਂ ਫੇਸਬੁੱਕ ਦੇ ਉੱਪਰ ਦੇਖ ਰਹੀ ਸੀ, ਇੱਕ ਛੋਟੀ ਜਿਹੀ ਬੇਟੀ, ਛੋਟੀ ਜਿਹੀ ਕੁੜੀ ਕਹਿ ਰਹੀ ਸੀ ਕਿ ਮੋਦੀ ਜੀ ਸਾਨੂੰ ਤੁਹਾਡੇ 'ਤੇ ਭਰੋਸਾ ਨਹੀਂ ਹੈ, ਤੁਸੀਂ ਪਤਾ ਨਹੀਂ ਕਦੋਂ ਬਦਲ ਜਾਣਾ ਹੈ। ਬੜੇ ਬੜੀ ਕਿਊਟ ਲੱਗ ਰਹੀ ਸੀ ਉਹ, ਇਹ ਨੰਨੀ ਨੰਨੀ ਆਵਾਜ਼ ਦੇ ਵਿੱਚੋਂ ਆਪਣੀਆਂ ਗੱਲਾਂ ਕਹਿੰਦੀ ਹੋਈ। ਦੂਸਰੇ ਪਾਸੇ ਮੈਂ ਤੁਹਾਨੂੰ ਸਭ ਨੂੰ ਇਹੀ ਕਹਾਂਗੀ, ਦੇਖਣ ਵਾਲਿਆਂ ਨੂੰ ਇਹੀ ਕਹਾਂਗੀ ਕਿ ਜਦੋਂ ਜਿੱਤ ਹੋ ਜਾਂਦੀ ਹੈ ਜਾਂ ਜਦੋਂ ਕੋਈ ਕੁਛ ਕਹਿ ਦਿੰਦਾ ਤਾਂ ਕਹਿੰਦੇ ਨੇ ਉਹਦੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਦੁਹਰਾਉਣਾ ਨਹੀਂ ਚਾਹੀਦਾ। ਮੈਂ ਇਹ ਨਹੀਂ ਕਹਿੰਦੀ ਕਿ ਭੁੱਲ ਜਾਣਾ ਚਾਹੀਦਾ ਹੈ, ਪਰ ਮੈਂ ਇਹ ਜ਼ਰੂਰ ਕਹਾਂਗੀ ਕਿ ਦੁਹਰਾਉਣਾ ਨਹੀਂ ਚਾਹੀਦਾ। ਅਸੀਂ ਕੀ ਕਰਦੇ ਹਾਂ ਅੱਜ ਵੀ ਜਦੋਂ ਫੇਸਬੁੱਕ ਦੇ ਉੱਪਰ ਦੇਖ ਰਹੇ ਹਾਂ ਤਾਂ ਕੁਛ ਗੱਲਾਂ ਜਿਹੜੀਆਂ ਕਿ ਅਸੀਂ ਸਾਡੇ ਸਾਰਿਆਂ ਨੇ, ਵੀਰਾਂ ਨੇ, ਕਿਸਾਨਾਂ ਨੇ, ਦੁਨੀਆ ਨੇ ਮੋਦੀ, ਪ੍ਰਧਾਨ ਮੰਤਰੀ ਮੋਦੀ ਜੀ ਤੋਂ ਔਖੇ ਹੋ ਕੇ ਕਹੀਆਂ ਸੀ, ਉਹ ਤੁਸੀਂ ਅੱਜ ਵੀ ਦਰਾ ਰਹੇ ਹੋ। ਕਿਉਂ? ਜਦੋਂ ਕਿ ਸਾਡੇ ਗੁਰੂ ਕਹਿ ਕੇ ਗਏ ਨੇ ਕਿ ਜੇ ਸਵੇਰ ਦਾ ਭੁੱਲਿਆ ਰਾਤ ਨੂੰ ਘਰ ਆ ਜਾਵੇ ਤਾਂ ਉਸਨੂੰ ਭੁੱਲਿਆ ਨਹੀਂ ਕਿਹਾ ਜਾਂਦਾ। ਸੋ ਇੰਨੀ ਦੇਰ ਬਾਰਡਰਾਂ 'ਤੇ ਬਹਿਣ ਤੋਂ ਬਾਅਦ, 700 ਕਿਸਾਨਾਂ ਦੀਆਂ ਸ਼ਹੀਦੀਆਂ ਪਾਉਣ ਤੋਂ ਬਾਅਦ ਜੇ ਸਾਨੂੰ ਕੋਈ ਜਿੱਤ ਮਿਲੀ ਹੈ ਤਾਂ ਫਿਰ ਅਸੀਂ ਸਿਰਫ ਸਾਨੂੰ ਫੋਨ ਕਾਲ ਆ ਰਹੀ ਹੈ ਇੱਕ, ਸੋ ਮੈਂ ਲਵਾਂਗੀ ਜ਼ਰੂਰ ਫੋਨ ਕਾਲ, ਕਿਉਂਕਿ ਬਹੁਤ ਸੋਹਣੀਆਂ ਗੱਲਾਂ ਹੁੰਦੀਆਂ ਇਹਨਾਂ ਦੀਆਂ, ਦੀਪ ਪੁੰਜਾਂ ਦੀਆਂ। ਸੋ ਅਸੀਂ ਅਸੈਪਟ ਕਰਾਂਗੇ ਅਤੇ, ਪਰ ਮੈਂ ਇੱਕ ਮਿੰਟ ਕੰਨ ਦੇ ਵਿੱਚ ਲਾਉਣ ਲੱਗੀ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਸ਼ੀਨਾ ਮੈਡਮ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੁਹਾਡਾ ਬਹੁਤ ਬਹੁਤ। ਸੋ ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਮੈਂ ਦੀਪ ਦਵਿੰਦਰ ਸਿੰਘ ਅੰਮ੍ਰਿਤਸਰ ਤੋਂ ਤੁਹਾਡੇ ਪ੍ਰੋਗਰਾਮ ਤੇ ਸ਼ਾਮਿਲ ਹੋ ਰਿਹਾ। ਹਾਂਜੀ ਜੀ, ਬਿਲਕੁਲ ਠੀਕ, ਤੁਸੀਂ ਖੇਤੀ ਕਾਨੂੰਨਾਂ ਦੇ ਰੱਦ ਹੋਣ ਦਾ ਜਿਹੜਾ ਐਲਾਨ ਹੈ ਉਹਦੇ ਬਾਰੇ ਚਰਚਾ ਕਰ ਰਹੇ, ਪਰ ਜਿਸ ਗੱਲ ਕਰਕੇ ਮੈਂ ਤੁਹਾਡੇ ਪ੍ਰੋਗਰਾਮ ਸ਼ਾਮਿਲ ਹੋਇਆ, ਕਿਉਂਕਿ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਜਿਹੜੇ ਆ ਤੁਹਾਨੂੰ ਇਸ ਵੇਲੇ ਲਾਈਵ ਸੁਣ ਰਹੇ ਆ। ਮੈਂ ਅੰਮ੍ਰਿਤਸਰ ਦਾ ਵਾਸੀ ਹਾਂ, ਤੁਸੀਂ ਵੀ ਇਸ ਸ਼ਹਿਰ ਤੋਂ ਗਏ ਹੋ। ਸਾਡਾ ਸ਼ਹਿਰ ਅੱਜ ਦੇ ਦਿਨ, ਕੱਲ੍ਹ ਤੋਂ ਬਹੁਤ ਉਦਾਸ ਹੈ,
ਪੰਜਾਬ ਦੀ ਲੰਮੀ ਹੇਕ ਦੀ ਮੁਲਕਾ ਗੁਰਮੀਤ ਬਾਵਾ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਿਆ। ਹਾਂਜੀ ਜੀ ਜਾ ਮੈਂ ਹਲੇ ਉਹਨਾਂ ਬਾਰੇ ਗੱਲ ਕਰਨੀ ਸੀ ਦੀਪ ਜੀ, ਬਟ ਮੈਂ ਪਹਿਲਾਂ ਉਹ ਜਿੱਤ ਦੀ ਗੱਲ ਕਰ ਰਹੀ ਸੀ ਅਤੇ ਮੈਂ ਰੈਡੀ ਰੱਖੀਆਂ ਹੋਈਆਂ ਨੇ ਕੁਛ ਲਾਈਨਾਂ ਵੀ ਗੁਰਮੀਤ ਬਾਵਾ ਜੀ ਬਾਰੇ, ਕਿ ਉਹ ਮੈਂ ਬਾਅਦ 'ਚ ਤੁਸੀਂ ਜਦੋਂ ਆਪਣੀ ਗੱਲ ਖਤਮ ਕਰ ਲਓਗੇ ਤਾਂ ਅਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝੀਆਂ ਕਰਾਂਗੇ, ਕਿਉਂਕਿ ਇਹ ਬਹੁਤ ਵੱਡੀ ਜਿਹੜੀ ਇੱਕ ਸਾਡੇ ਲਈ ਬਹੁਤ ਮਹਾਨ ਹਸਤੀ ਸੀ ਸਾਡੇ ਸਭ ਦੇ ਲਈ ਅਤੇ ਬਹੁਤ ਵਧੀਆ ਆਵਾਜ਼ ਦੇ ਮਾਲਕ ਸੀ। ਚਲੋ ਗੱਲ ਕਰੋ ਜੀ। ਹਾਂਜੀ ਗੁਰਮੀਤ ਬਾਵਾ ਪੰਜਾਬੀ ਲੋਕ ਗੀਤਾਂ ਦੀ ਮਾਂ ਕਰਕੇ ਜਾਣੀ ਜਾਂਦੀ ਹੈ। 45 ਸੈਕਿੰਡ ਲੰਮੀ ਹੇਕ ਲਾ ਕੇ ਪੂਰੇ ਵਿਸ਼ਵ ਦੇ ਵਿੱਚ ਜਿਸ ਉਸ ਵੱਡੀ ਫਨਕਾਰਾ ਦਾ ਨਾਮ ਸੀ, ਜਦੋਂ ਆਪਣੇ ਕੰਨ ਤੇ ਹੱਥ ਧਰ ਕੇ ਕਦੀ ਮਿਰਜ਼ਾ ਗਾਉਂਦੀ ਸੀ ਤੇ ਐ ਲੱਗਦਾ ਸੀ ਕਿ ਮਿਰਜ਼ਾ ਸਾਹਿਬਾਂ ਦਾ ਨਹੀਂ, ਮਿਰਜ਼ਾ ਗੁਰਮੀਤ ਬਾਵਾ ਦਾ ਹੈ। ਮਿਰਜ਼ੇ ਦੀ ਬੱਕੀ ਜਿਵੇਂ ਉਹਦੀ ਸਟੇਜ ਦੇ ਦੁਆਲੇ ਝੁਰਮਟ ਪਾ ਰਹੀ ਹੋਵੇ ਤੇ ਮਿਰਜ਼ਾ ਜਿਹੜਾ ਉਹ ਗੁਰਮੀਤ ਬਾਵਾ ਦਾ ਹੋ ਕੇ ਰਹਿ ਗਿਆ ਹੋਵੇ। ਪੂਰੇ ਵਿਸ਼ਵ ਦੇ ਵਿੱਚ ਅੱਜ ਵੀ ਜਦੋਂ ਕਦੀ ਮਿਰਜ਼ੇ ਦੇ ਲੋਕ ਗੀਤ ਦੀ ਗੱਲ ਚੱਲਦੀ ਹੈ ਤੇ ਮੁੱਢਲੀਆਂ ਸਫਾਂ ਦੇ ਵਿੱਚ ਗੁਰਮੀਤ ਬਾਵਾ ਜੀ ਦਾ ਨਾਮ ਆਉਂਦਾ। ਮੇਰੇ ਪਰਿਵਾਰਕ ਸੰਬੰਧ ਸਨ ਉਹਨਾਂ ਦੇ ਨਾਲ, ਸਾਡੇ ਘਰ ਹੀ ਆਉਂਦੇ ਸਨ, ਸਾਡੀਆਂ ਬੱਚੀਆਂ ਦੇ ਸਿਰੀ ਹੱਥ ਰੱਖਦੇ ਸਨ, ਉਹਨਾਂ ਦੇ ਵਿਆਹ ਸ਼ਾਦੀਆਂ 'ਚ ਪ੍ਰੋਗਰਾਮ ਪੇਸ਼ ਕਰਦੇ ਸਨ। ਉਹ ਪੰਜਾਬ ਦੀ ਸ਼ਾਨਾ ਮੱਤੀ ਧੀ ਜਦੋਂ ਕਦੀ ਸਟੇਜ ਤੇ ਖੜ ਕੇ ਕਹਾਰੋ ਡੋਲੀ ਨਾ ਚਾਹਿਓ, ਮੇਰਾ ਅਜੇ ਬਾਬੂ ਲਾਇਆ ਨਹੀਂ, ਗੀਤ ਗਾ ਕੇ ਮਾਹੌਲ ਨੂੰ ਭਾਵੁਕ ਕਰ ਦਿੰਦੀ ਸੀ। ਕੱਲ ਜਦੋਂ ਤੁਰੀ ਉਸਨੇ ਕਿਸੇ ਨੂੰ ਨਹੀਂ ਉਡੀਕਿਆ, ਉਹ ਇੱਕ ਰਿਸ਼ੀਆਂ ਵਾਂਗ ਆਪਣਾ ਸਾਫਾ ਝਾੜ ਕੇ ਚੁੱਪ ਚੁਪੀਤੇ ਕਿਸੇ ਦੂਸਰੀ ਜਹਾਨ ਨੂੰ ਤੁਰ ਗਈ। ਉਹ ਗਾਇਕਾ ਜਿਹਦੀ ਜੁਗਨੀ ਦੇ ਧਾਗੇ ਹਮੇਸ਼ਾ ਬੱਗੇ ਰਹੇ, ਉਹ ਗਾਇਕਾ ਜਿਹੜੀਆਂ ਪੰਜਾਬ ਦੀਆਂ ਬਹੁਤ ਭੁੱਲਰੇ ਵਿਸਰੇ ਲੋਕ ਗੀਤ ਸਿੱਠਣੀਆਂ ਤੇ ਜਾ ਕੇ ਉਹਨਾਂ ਬਜ਼ੁਰਗ ਮਾਵਾਂ ਕੋਲੋਂ ਇਕੱਠੀਆਂ ਕਰਕੇ ਤੇ ਉਸੇ ਆਵਾਜ਼ ਦੇ ਵਿੱਚ ਉਸੇ ਟਿਊਨ ਦੇ ਵਿੱਚ ਜਿਹਨੇ ਗਾਇਆ, ਜਿਹੜੀ ਕਹਿੰਦੀ ਸੀ ਹਰੀਏ ਨੀ ਰਸ ਭਰੀਏ ਖਜ਼ੂਰੇ, ਤੈਨੂੰ ਕਿੰਨ ਦਿੱਤਾ ਇੰਨ ਇੰਨੀ ਦੂਰ, ਬਾਬਲ ਤਾਂ ਮੇਰਾ ਕੋਈ ਦੇਸ਼ਾਂ ਦਾ ਰਾਜਾ, ਜਿੰਨ ਦਿੱਤਾ ਇੰਨੀ ਦੂਰ। ਉਹ ਇਹਨਾਂ ਦੇਸਾਂ ਦਸਾਂਤਰਾਂ ਦੀ ਰਾਣੀ ਬਣ ਕੇ ਆਪਣੀ ਲੰਮੀ ਹੇਕ ਦੇ ਦਮਦਾਰ ਆਵਾਜ਼ ਦੇ ਨਾਲ ਆਪਣੇ ਪਤੀ ਕਿਰਪਾਲ ਬਾਵਾ ਨੂੰ ਉਸ ਸੁੰਨੇ ਵਿਹੜੇ 'ਚ ਭੋਏ ਤੇ ਵਿਛੀ ਦਰੀ ਦੇ ਉੱਤੇ ਉਦਾਸ ਨਜ਼ਰਾਂ ਨਾਲ ਛੱਡ ਕੇ ਪੰਜਾਬੀ ਦੀ ਉਹ ਮਾਣ ਮੱਤੀ ਧੀ ਜਿਹੜੀ ਹੈ ਉਹ ਹਮੇਸ਼ਾ ਲਈ ਅੱਖਾਂ ਮਿਟ ਗਈ ਹੈ। ਸਾਨੂੰ ਇਸ ਗੱਲ ਦੀ ਆਸ ਹੈ ਕਿ ਉਹਦੀ ਆਵਾਜ਼ 'ਚ ਗਾਏ ਲੋਕ ਗੀਤ, ਉਹਦੀਆਂ ਪਾਈਆਂ ਨਿੱਗਰ ਪੈਰ ਚਾਲਾਂ ਜਿਹੜੀਆਂ ਪੰਜਾਬੀ ਗਾਇਕੀ ਨੂੰ ਜਿੰਨੇ ਕੁਰਾਏ ਨਹੀਂ ਪੈਣ ਦਿੱਤਾ, ਉਹ ਹਮੇਸ਼ਾ ਹੀ ਪੰਜਾਬੀ ਲੋਕਾਂ ਦੇ ਦਿਲਾਂ 'ਚ ਰਾਜ ਕਰੇਗੀ। ਤੇ ਗੁਰਮੀਤ ਬਾਵਾ ਆਪਣੇ ਸ਼ਬਦਾਂ ਨਾਲ, ਆਪਣੇ ਕਈਆਂ ਗੱਲਾਂ ਦੇ ਨਾਲ, ਗਾਏ ਲੋਕ ਗੀਤਾਂ ਦੇ ਨਾਲ ਤੇ ਖਾਸ ਕਰਕੇ ਵਿਆਹ ਸ਼ਾਦੀਆਂ ਤੇ ਉਹਦੇ ਬੋਲੇ ਜਾਣ ਵਾਲੇ ਸੁਹਾਗ ਤੇ ਘੋੜੀਆਂ ਕਰਕੇ ਸਾਡੇ ਦਿਲਾਂ 'ਚ ਰਹੇਗੀ, ਉਹ ਸਾਡੇ ਕੋਲੋਂ ਕਿਤੇ ਵੀ ਨਹੀਂ ਜਾਏਗੀ। ਮੈਂ ਅੱਜ ਦੇ ਦਿਨ ਦੇ ਉੱਤੇ ਤੁਹਾਡੇ ਚੈਨਲ ਦੇ ਰਾਹੀਂ ਉਸ ਵੱਡੀ ਗੀਤਾਂ ਦੀ ਮਾਂ ਨੂੰ, ਉਸ ਲੰਮੀ ਹੇਕ ਦੀ ਮਲਕਾ ਨੂੰ ਆਪਣੇ ਦਿਲ ਤੋਂ ਹਕੀਕਤ ਦੇ ਫੁੱਲ ਭੇਟ ਕਰਦਾ। ਥੈਂਕ ਯੂ ਬਹੁਤ ਬਹੁਤ ਜੀ, ਮੈਂ ਬਹੁਤ ਜ਼ਿਆਦਾ ਤੁਹਾਡਾ ਸ਼ੁਕਰੀਆ। ਅਤੇ ਇਸਦੇ ਨਾਲ ਹੀ ਅਸੀਂ ਕਹਾਂਗੇ ਸਾਡੇ ਸਟੂਡੀਓ ਵਾਲਿਆਂ ਨੂੰ ਕਿ ਅਸੀਂ ਬਾਵਾ ਲਿਖ ਇਹਨਾਂ ਦੀ ਗੁਰਮੀਤ ਬਾਵਾ ਜੀ ਦੀਆਂ ਕੁਛ ਲਾਈਨਾਂ 'ਚ ਉਹ ਸੁਣਾ ਸਕਦੇ ਹੋਣ ਤਾਂ ਅਸੀਂ, ਕਿਉਂਕਿ ਬਹੁਤ ਸਾਰੇ ਲੋਕ ਵੈਸੇ ਤਾਂ ਸਾਰੀ ਦੁਨੀਆ ਜਾਣਦੀ ਹੈ ਉਹਨਾਂ ਨੂੰ, ਪਰ ਕੈਨੇਡਾ 'ਚ ਬੈਠੇ ਹੋਏ ਕਈ ਵਾਰ ਅਸੀਂ ਜਦੋਂ ਦੁਬਾਰਾ ਸ਼ਕਲ ਦੇਖਦੇ ਹਾਂ ਜਾਂ ਤੁਹਾਨੂੰ ਚੇਤੇ ਆ ਜਾਂਦੇ ਆ, ਉਹਨਾਂ ਦਾ ਜਨਮ 1944 ਦੇ ਵਿੱਚ ਹੋਇਆ ਸੀ। ਸੋ ਅਸੀਂ ਨਵੀਂ ਜਨਰੇਸ਼ਨ ਨੂੰ ਵੀ ਦਿਖਾਉਣਾ ਚਾਹੁੰਦੇ ਹਾਂ ਕਿ ਗੁਰਮੀਤ ਬਾਵਾ ਜੀ ਦਾ ਜਿਹੜਾ ਲਾਈਕ ਆਵਾਜ਼ ਸੀ ਉਹਦੇ 'ਚ ਕਿੰਨਾ ਦਮ ਸੀ। ਜੇਕਰ ਤੁਸੀਂ ਕੁਛ ਲਾਈਨਾਂ ਮੇਰੇ ਸਟੂਡੀਓ ਦੇ ਵਾਲਿਆਂ ਨੂੰ ਕਹਾਂਗੀ ਕਿ ਪਲੀਜ਼ ਲਗਾ ਸਕਦੇ ਹੋ ਅਤੇ ਤੁਸੀਂ ਇਸ ਗੱਲ ਦੇ ਨਾਲ ਹੀ ਲਗਾ ਦਿਓ, ਕਿਉਂਕਿ ਜ਼ਿੰਦਗੀ ਇੱਕ ਜੰਗ ਹੈ ਅਤੇ ਜਿੱਥੇ ਅਖੀਰ ਵਿੱਚ ਸਭ ਨੂੰ ਹਾਰ ਜਾਣਾ ਪੈਂਦਾ, ਇਸ ਦੁਨੀਆਂ ਨੂੰ ਛੱਡ ਕੇ ਕਿਤੇ ਨਾ ਕਿਤੇ ਜਾਣਾ ਹੀ ਪੈਂਦਾ, ਪਰ ਇਹੋ ਜਿਹੀਆਂ ਸ਼ਖਸੀਅਤਾਂ ਕਿਤੇ ਵੀ ਨਹੀਂ ਜਾਂਦੀਆਂ, ਆਵਾਜ਼ ਦੇ ਰੂਪ ਦੇ ਵਿੱਚ ਹਮੇਸ਼ਾ ਸਾਡੇ ਸਾਹਮਣੇ ਹੀ ਰਹਿੰਦੀਆਂ ਨੇ। ਅਤੇ ਮੈਂ ਆਸ ਕਰਦੀ ਹਾਂ ਕਿ ਤੁਸੀਂ ਵੀ ਸੁਣੋਗੇ ਅਤੇ ਲਗਾ ਦਿੱਤਾ ਜਾਵੇ ਜੀ, ਜੇ ਤੁਹਾਡੇ ਕੋਲ ਰੈਡੀ ਆ ਤਾਂ ਗੁਰਮੀਤ ਬਾਵਾ ਜੀ ਦੀਆਂ ਕੁਛ ਲਾਈਨਾਂ ਉਹਨਾਂ ਦੇ ਗੀਤ ਦੀਆਂ। ਹੱਥ ਕਰੀਆਂ ਨੀ ਲਾਇਆ ਉਹ ਜੇ ਤੁਹਾਨੂੰ ਵੀ ਓ
ਅਸੀਂ ਗੁਰਮੀਤ ਬਾਵਾ ਜੀ ਦੀਆਂ ਕੁਛ ਲਾਈਨਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ, ਜ਼ਿਆਦਾ ਅਸੀਂ ਨਹੀਂ ਕਰ ਸਕਦੇ ਕਿਉਂਕਿ ਕੁਛ ਨਾ ਕੁਛ ਕਾਪੀ ਰਾਈਟਸ ਹੁੰਦੇ ਆ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਇੱਕ ਗੀਤ ਸਾਡੇ ਵੀਜ਼ਨ ਟੀਵੀ ਦੇ ਉੱਪਰ ਅਸੀਂ ਪੂਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜਾ ਵਾ, ਬਿਕੋਜ਼ ਦੁਨੀਆ ਕਹਿੰਦੇ ਕਿ ਜਾਣੇ ਵਾਲੇ ਕਦੇ ਨਹੀਂ ਆਤੇ, ਜਾਣੇ ਵਾਲੋਂ ਕੀ ਯਾਦ ਆਤੀ ਹੈ। ਸੋ ਜਾਣੇ ਵਾਲੇ ਜਿੱਥੇ ਚਲੇ ਜਾਂਦੇ ਨੇ ਕਦੇ ਵੀ ਵਾਪਸ ਦੁਨੀਆ 'ਤੇ ਨਹੀਂ ਆਉਂਦੇ, ਪਰ ਜਿਹੜੇ ਐਸੇ ਆ ਮਹਾਨ ਸ਼ਖਸੀਅਤਾਂ ਹੁੰਦੀਆਂ, ਆਪਣੀ ਆਵਾਜ਼ ਬਹੁਤ ਲੰਬੀ ਹੇਕ ਸੀ, 45 ਸੈਕਿੰਡ ਕਹਿ ਕੇ ਗਏ ਨੇ ਦੀਪ ਦਵਿੰਦਰ ਜੀ। ਸੋ ਐਡੀ ਲੰਬੀ ਹੇਕ ਲਾਉਣੀ ਬੜੀ ਮੁਸ਼ਕਲ ਹੈ, ਅਤੇ ਬੜੀ ਵਧੀਆ ਆਪਣੀ 1944 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਆਪਣੀ ਜ਼ਿੰਦਗੀ ਬਹੁਤ ਵਧੀਆ ਤਰੀਕੇ ਦੇ ਨਾਲ ਗੁਜ਼ਾਰੀ ਹੈ। ਬੜਾ ਵਧੀਆ ਤਰ੍ਹਾਂ ਇਹਨਾਂ ਦੇ ਗੀਤ ਸੰਗੀਤਾਂ ਨੂੰ ਬੜਾ ਪਿਆਰ ਕੀਤਾ ਗਿਆ। ਸੋ ਹੁਣ ਤੱਕ ਲੰਬੀ ਹੇਕ ਅੱਜ ਤੱਕ ਹਾਲੇ ਤੱਕ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਨੇ ਇਹਨਾਂ ਦਾ ਮੁਕਾਬਲਾ ਕੀਤਾ ਹੋਵੇ, ਪਰ ਅੱਗੇ ਆਸ ਕਰਦੇ ਹਾਂ ਕਿ ਕੋਈ ਨਾ ਕੋਈ ਜ਼ਰੂਰ ਪਰਮਾਤਮਾ ਜਾਂ ਹੋ ਸਕਦਾ ਇਹੀ ਸੋਲ ਵਾਪਸ ਜਨਮ ਲਵੇ ਤਾਂ ਦੁਬਾਰਾ ਇਸੇ ਹੇਕ ਨੂੰ ਸਾਡੇ ਤੱਕ ਪਹੁੰਚਾਵੇ। ਅਤੇ ਇਹਦੇ ਨਾਲ ਹੀ ਨਾਲ ਦੱਸਣਾ ਚਾਹੁੰਦੇ ਹਾਂ ਕਿ ਇਹ ਇੱਕ ਟੀਚਰ ਵੀ ਸਨ। ਸੋ ਜਿਹੜਾ ਕਿ ਇਹਨਾਂ ਦੇ ਜਾਣ ਦੇ ਨਾਲ ਸਾਨੂੰ ਸਭ ਨੂੰ ਬਹੁਤ ਹੀ ਜ਼ਿਆਦਾ ਪੰਜਾਬੀ ਕਲਚਰ ਨੂੰ, ਪੰਜਾਬੀ ਸੱਭਿਆਚਾਰ ਨੂੰ ਬਹੁਤ ਹੀ ਜ਼ਿਆਦਾ ਘਾਟਾ ਪਿਆ ਹੈ। ਅਤੇ ਇਸ ਦੇ ਨਾਲ ਹੀ ਅਸੀਂ ਥੈਂਕ ਯੂ ਕਰਦੇ ਹਾਂ ਬਹੁਤ ਬਹੁਤ ਦੀਪ ਦਵਿੰਦਰ ਜੀ ਦਾ ਕਿ ਜਿਨ੍ਹਾਂ ਨੇ ਬੜੇ ਹੀ ਖੂਬਸੂਰਤ ਸ਼ਬਦਾਂ ਦੇ ਨਾਲ ਅੰਮ੍ਰਿਤਸਰ, ਮੇਰਾ ਵੀ ਜਨਮ ਅੰਮ੍ਰਿਤਸਰ ਦਾ ਹੀ ਹੈ, ਸੋ ਅੰਮ੍ਰਿਤਸਰ ਤੋਂ ਹੀ ਸਨ ਦੀਪ ਦਵਿੰਦਰ ਜੀ, ਤਾਂ ਇਹ ਵੀ ਕਹਿੰਦੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਅੱਜ ਇੱਕ ਖਮੋਸ਼ੀ ਛਾਈ ਹੋਈ ਹੈ। ਖਮੋਸ਼ੀ ਦਿਲਾਂ 'ਤੇ ਛਾਈ ਜਾਂਦੀ ਹੈ ਜਦੋਂ ਕੋਈ ਆਪਣਾ ਜਾਂਦਾ ਹੈ, ਤਾਂ ਇਹ ਤਾਂ ਸਾਰੇ ਮੁਲਕ ਦੇ ਲਈ ਆਪਣੀ ਹੀ ਸੀ ਗੁਰਮੀਤ ਬਾਵਾ ਜੀ। ਚਲੋ, ਅਤੇ ਇਸ ਦੇ ਨਾਲ ਹੀ ਇੱਕ ਹੋਰ ਤੁਹਾਨੂੰ ਜਿਹੜੀ ਆ ਨਿਊਜ਼ ਆ ਉਹ ਮੈਂ ਦੇਣਾ ਚਾਹੁੰਦੀ ਹਾਂ ਕਿ ਬਹੁਤ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਹੁੰਦਾ ਜਿਹੜਾ ਕਿ ਅਸੀਂ ਜ਼ਿੰਦਗੀ ਦੇ ਵਿੱਚੋਂ ਆਉਣ ਜਾਣ ਬਣਿਆ ਹੀ ਹੋਇਆ, ਪਰ ਬਹੁਤ ਸਾਰੇ ਘੱਟ ਲੋਕ ਨੇ ਜਿਹੜੇ ਕਿ ਆਪਣੀ ਬਹੁਤ ਵਧੀਆ ਜ਼ਿੰਦਗੀ ਨੂੰ ਗੁਜ਼ਾਰ ਕੇ ਦੁਨੀਆ ਦੇ ਉੱਪਰੋਂ ਜਾਂਦੇ ਨੇ, ਅਤੇ ਉਹ ਆਪਣੇ ਬਹੁਤ ਵਧੀਆ ਪਰਿਵਾਰ ਦੇ ਵਿੱਚੋਂ। ਇਸ ਦੇ ਨਾਲ ਹੀ ਇਹ ਕਹਾਂਗੀ ਮੈਂ ਸੋਹਣ ਸਿੰਘ ਵਾਲੀਆ ਜੀ, ਜਿਹੜੇ ਕਿ ਸਾਡੇ ਹੀ ਇੱਕ ਸਪੋਂਸਰਸ ਨੇ ਇਹ ਐਚ ਵਾਲੀਆ, ਜਿਨ੍ਹਾਂ ਦੀ ਤੁਸੀਂ ਕਮਰਸ਼ਲ ਸਾਡੇ ਪ੍ਰੋਗਰਾਮ ਦੇ ਵਿੱਚ ਦੇਖਦੇ ਹੋ, ਇਹ ਉਹਨਾਂ ਦੇ ਫਾਦਰ ਸਨ। ਸੋ ਇਹ 1920 ਤੋਂ ਲੈ ਕੇ 2021 100 ਸਾਲ ਤੋਂ ਉੱਪਰ ਦੀ ਉਮਰ ਭੋਗ ਕੇ ਦੁਨੀਆ ਤੋਂ ਗਏ ਨੇ, ਤਾਂ ਇਹ ਵੀ ਬੜੀ ਸ਼ਾਂਤਮਈ ਢੰਗ ਦੇ ਨਾਲ ਪਰ ਆਪਣੇ ਪਰਮਾਤਮਾ ਨੇ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦਿੱਤੀ ਹੈ। ਸੋ ਹੁਣ ਤੁਹਾਨੂੰ ਸਭ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਦੇ ਨਵੰਬਰ 28 ਨੂੰ 10 ਵਜੇ ਸਰੀ ਦੇ ਵਿੱਚ ਫਿਊਨਰਲ ਹੈ, ਅਤੇ ਉਸ ਤੋਂ ਬਾਅਦ 12 ਵਜੇ ਇਹਨਾਂ ਦੇ ਦੁੱਖ ਨਿਵਾਰਨ ਜਿਹੜੇ ਕਿ 68 ਅਤੇ 152nd 'ਤੇ ਆ, ਉੱਥੇ ਇਹਨਾਂ ਦਾ ਜਿਹੜਾ ਅੰਤਿਮ ਅਰਦਾਸ ਕੀਤੀ ਜਾਵੇਗੀ। ਅਤੇ ਤੁਸੀਂ ਜਿਹੜੇ ਉਸ ਗੁਰਦੁਆਰੇ ਦੇ ਗ੍ਰੰਥੀ ਨੇ ਨਰਿੰਦਰ ਸਿੰਘ ਵਾਲੀਆ ਜੀ, ਇਹ ਉਹਨਾਂ ਦੇ ਵੀ ਫਾਦਰ ਸਨ। ਸੋ ਜੇਕਰ ਤੁਸੀਂ ਉੱਥੇ ਪਹੁੰਚਣਾ ਹੋਵੇ ਤਾਂ ਤੁਸੀਂ ਨਵੰਬਰ 28 ਨੂੰ ਸ਼ਾਮੀ
दोपहरे सॉरी 12 बजे उत्थे पहुँच सकते हो उन्हां दी अंतम अरदास दे विच शामिल होण दे लई। ते जेकर तुसी इस फ्यूनरल बारे जां इस होर किसे चीज़ बारे जानकारी लैनी होवे तां तुसी फोन कर सकदे हो 604-729-5649 दे उपर। तो ये जिहड़ी आ इक गुरमीत बाबा जी दे नाल इक होर न्यूज़ भी असीं तुहानूं देनी चाहते सी, तुहाडे नाल सांझी करना चाहते सी, क्योंकि ये भी एक बहुत ही जिन्हों कह दो कि महान सोल ब्यूटीफुल सोल 24 घंटे अखीर तक इन्हों के मूँह के उपर वाहगुरु 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 दे शब्द जिहड़े सी उह सुणन नूं मिले सी। ते मैनूं भी मौका मिलिया सी इन्हां नूं 2 वीकां पहलां इन्हां दे घर जा के इन्हां नूं मिलण दा। सो बहुत बहुत चंगा लग्या सी इन्हां नूं मिलण तों बाद। कहिंदे ने खामोशी बहुत कुछ कहिंदी है, खामोशी बहुत कुछ कहिंदी है, कन्न लगा के नहीं दिल लगा के सुनो। क्योंकि कई बार जिहड़ी खामोशी है वह कन्नां दे नाल नहीं सुनी जाती, वह सिर्फ दिलां दे नाल ही सुनी जाती है। तो चलो असी हुण वापस आने अपने किसान भरां दी गल कर रहे हैं कि उन्हां ते दोबारा वापस आउण तो पहला एक तुहानूं होर न्यूज़ मैं देना चाहनी हाँ कि कुदरत दी करोपी जिहड़ी है वह दिनों दिन वधदी ही जा रही है। जो कुछ साडे प्यारियां नूं साडे तों खो रही है, कोविड दे विच बहुत सारे लोग अपनियां जानां गवा रहे ने, तां उस दे नाल ही नाल तुहानूं सुणिया होणा कि BC दे विच हड़ां दी करोपी आई। उस करोपी च पता नहीं की परमात्मा सानू बार बार याद करवा रहा, पता नहीं क्यों साडा बार बार वह दरवाज़ा खड़का रहा, पर साडे दिल दे दरवाजे शायद नहीं खड़क रहे, क्योंकि असी भुल गए हाँ। असी COVID-19 तो बाद साडे उही फंक्शन, साडियां उही पार्टियां, साडा उही कामकार, साडी उही भज दौड़। जे अज तुसीं BC दीआं सड़कां ते देखो तो इन्नी भीड़ है कि देख के ऐ लगता कि सब नूं बड़ी काली पई हुई है कितें जाण दी, पता नहीं असी किधर नूं भज्जे फिरदे हाँ। एक जगह तो दूसरी जगह पर जदों जाना हुंदा है तो बिलीव करो कि जिते सानूं 5 या 10 मिनट लगते सी अज अद्धे अद्धे घंटे की वेट है। असी सारे कितने भज्जे फिरदे हाँ खुद नूं, मैनूं भी नहीं पता। मैं भी बैठ के यही सोचती हाँ कि परमात्मा एकदम खामोशी, एकदम पशु पंछियों का बाहर आ जाना, एकदम सड़कों का सुन्ना हो जाना, एकदम वातावरण का साफ हो जाना, तो उस तो बाद फिर अज तुहानूं पता होना कि इंडिया दे विच भी इन्ना ज़्यादा प्रदूषण वध चुक्या कि उन्हां नूं लगता है कि लॉकडाउन दोबारा लगाना पैना है। तो इस तरह BC दे विच आए हुए हड़ ने की आवाज़ दित्ती है, ट्रकों के ट्रक खड़ गए सड़कों के उत्ते, घरों के घर रुड़ गए। तो सब तो ज़्यादा वो बेजुबान दुध देने वाली गावां, वो पशु पंछी पता नहीं किन्नीक गिणती दे विच खत्म हो गए। बहुत सारे लोग जिहड़ी एक पानी नाल एक पत्थर डिग्गिया पहाड़ डिग्गिया उहदे थले भी आए ने, तो पता लगेगा हौली हौली। अज तो हाले सिर्फ सड़कां बंद ने, तो बहुत सारे वीर अंदर ट्रक जड़े के खड़े ने उस जगह के उपर जिथे कि ना उधर जा सकते ने ना उधर जा सकते ने। तो 18 तरीक नूं एक न्यूज़ आई कि लास्ट नेम उन्हों का गरेवाल सी, मैनूं लगता कि 35-40 साल का नौजवान ट्रक के विच ही हार्ट अटैक के नाल पूरा हो गया। सोचता की कारण सी, की कहिए इस रब की करोपी नूं, की कहिए कुदरत दे। पानी साडा जीवन है, साडी बॉडी 70% पानी है, पर की पानी ही सानूं रोड़ के लै जाएगा, कि इन्ना पानी खड़ जाएगा कि हजारां लोगों नूं घर छड़ के बाहर आना पिया, वह भी कनेडा जिहे मुल्क दे विच। बिलीव कर दिओ नहीं ना, बिलीव करो कि यकीन ही नहीं आता। कुदरत क्या कहती है, कैसे कहती है, क्यों कहती है? कृपाल जी
ने लाइना भेजिया ने, कहते कुदरत क्या कहती है, कैसे कहती है, क्या कहती है, जे तो उस ऊपर वाले की आवाज़ है जो हमेशा कायम रहती है। कहते कुदरत की कहती है, कुछ कहना चाहती है, वो आवाज़ कदे ख़त्म नहीं होंगी, वो आवाज़ कदे खामोश नहीं होंगी, पर शायद असी ही भुल जाते हैं, असी ही खामोश हो जाते हैं। एक बार फिर ये कहांगे कि गुरु नानक देव जी के दे लाए हुए 20 रुपया के लंगर ने अज उत्थे तक भी लंगर पहुँचा दिता है, लंगर उत्थे तक पहुँच गया है, कोई भुखा नहीं मरिया, बट पानी च डुब के तो रोटी सामने पई होवे तो उस तक हाथ ही नहीं पहुँचता जो पानी पहला पहुँच जाता है। तो जे रोटी खांद्या होया पानी का गिलास कोल ना होवे, पानी ना होवे तो सानू हाथों आ जाता है, साडा गला सुक जाता है। की कहिए, की सोचते हो कि साडे संभल का टाइम आया कि नहीं आया, कि जां असीं उसे ही मोह माया दे विच अज भी गवाचे फिरदे हाँ, अज भी असीं भुल गए हाँ, कदों कदों सुधरांगे जां कदों कदों उस दे नाल जुड़ांगे। मौका है, वो मौका बार बार दिंदा है, पर किते ना किते कहिंदे ने कि बार बार दिते गए मौके तो बाद भी जेकर असी उस मौके नूं नहीं सांभ पाउंदे तो फिर किते ना किते ऐसी करोपी का शिकार असी शायद तां ही होंदे चले जा रहे हैं। सो एक बारी फिर इस प्रोग्राम दे विच तुहाडा सब दा स्वागत करदे हुए एच एस वालिया जी दे पिता जी दे अपनी संसारक यात्रा नूं पूरे करके इस दुनिया तो जाना लई परिवार नूं भाणा मन्नण दा बाल बख्शे गुरमीत बाबा जी दे इस दुनिया तो जाना ते अपनी आवाज़ नूं साडे तक हमेशा लई छड्ड के जाना ते उस तो बाद किसानां दी जित ते साडा वेट करना 29 नूं मोदी जी जे सानूं लिख के दे देणगे ते साडे किसान वीरे घर वापस जाणगे अपने अपने घरां च। पर अज जरूर कहांगी कि भंगड़े पाओ, मिठाइयां वंडो, कुछ भी करो, पर बुरे शब्द ना बोलो। सब तो जरूरी है कि मूँह दे विच्चों बोले गए बुरे शब्द, इस दा एहसास साडी जिंदगी लंघन तो बाद हुंदा है, इंसान सब कुछ भुल जांदा है, पर तुहाडे कहे होए बुरे शब्द कदे नहीं भुलदे, इह कदे वापस नहीं जांदे। इह तीर कमान चों निकले होए ओह कम तीर ने जिहड़े कि दूसरे नूं जख्मी कर दिंदे ने पर वापस नहीं पैंदे। एक वारी निकलिया होया शब्द बहुत कुछ कह जांदा है। सो सिर्फ जे कहना है तो धन्यवाद करो साडे गुरु नानक देव जी का कि जिन्हां दे जन्मदिन ते जिन्हां दे प्रकाश दिहाड़े दे उपर सानू एक तोहफा मिलिया है। थैंक्स करो फिर भी उस मोदी का, मोदी जी का, कि चलो देर गए दुरुस्त गए, तुहानू सानू जे कहिंदे हो तुहानू समझ नहीं आई पर तुहानू तां समझ आ गई, बस इन्ना कहिंदे होए ही उन्हां दा धन्यवाद करो तो वेट करो 29 तरीक तक जदों ये लिखती रूप दे विच साडे हत्थां दे विच आ जाणगे। सो हुण समा इजाजत नहीं दे रहा, अज संडे सी 21 तरीक सी, हुण तुहाडी ते साडी मुलाकात ट्यूजडे नहीं थर्सडे होवेगी शाम दे 7 बजे। तुहाडी हैल्थ दे बारे कोई ना कोई विषय नूं लैके तुहाडे नाल असीं हाजिर होवांगे, तो जाना नहीं देखते रहो साडे स्पॉन्सर्स नूं जिन्हां दे जरिए असीं तुहानूं मिल पाउंदे हां, क्योंकि उन्हां दा पूरा हक है तुहानूं कहण दा कि सानूं देख के जाया करो, ते सानूं कहण दा कि उन्हां नूं जरूर देख के ते थैंक्स करके बेशक थल्ले ही लिख दिया करो फेसबुक दे उपर
यूट्यूब के उपर धन्नवाद कर दिया करो, उन्होंने लिख दिया करो कुछ वर्डिंग कि थैंक यू तुहाडा साथ देण दा। सो इत्थे ही इजाजत दिओ, मिलते हैं थर्सडे नू शाम के 7 बजे। तो एक होर सुने आए तुहाडे लई कि विजन टीवी का जिहड़ा प्रोग्राम है वह प्रोग्राम जिहड़ा हुण 4 दिसंबर तो 9:30 की जगह BC टाइम के हिसाब नाल 8 बजे आना शुरू हो जाएगा। प्यार भरी सत श्री अकाल। रियल स्टेट की दुनिया के विच उभरदा एक नाम हरप्रीत बेदी, तो तारे वांगू चमकदा इको एक नाम हरप्रीत बेदी। सही कीमत ते सही जानकारी ले ना याद रखो, कर लेना जा कर वेचना, हरप्रीत बेदी जी फोन करो 7783174444। हरप्रीत बेदी। चक्की का आटा सेहत लिए बहुत ही वधिया हुंदा है, ते हुण कनेडा दे विच चक्की लग चुकी है। तुसी अपनियां अखां दे सामने जां अपने दाने लिया के भी आटा पिहा सकदे हो, अपने मसाले तैयार करवा सकदे हो। मक्की होवे, बाजरा होवे, रागी का आटा होवे, बिल्कुल ताज़ा लैण दे लई ओह तुहाडे सामने आटा पी के दे सकदे ने। उहदे लई इको इक नां याद रखो, पंजाबी चक्की सरी दे विच 76 ते 130 ते पंजाबी चक्की। HS वालिया होम्स लाइसेंस्ड बिल्डर। किसी भी तरह का घर बनाना चाहते हो, वह भावें डिजाइनर होवे या रेगुलर होम होवे, उहदे लई याद रखो इको नाम HS वालिया होम्स। कॉल 604-729-5649। जेडे की सर्टिफाइड ने प्रोजेक्ट नू मैनेजमेंट करते हैं, कस्टमर सर्टिफाइड होम बनाते हैं, 10 साल की गरंटी भी देंगे ने। HS वालिया होम्स वाले 604-729-5649। न्यू वे हेयर ड्रेसिंग स्कूल एक ऐसी था जिथे आके तुसी अपनी खूबसूरती नू होर भी सवार सकते हो। हेयर कट, हेयर कलरिंग, मेकअप, आईब्रोज ते मेकअप दे नाल ब्यूटी दे नाल जुड़ियां सारियां सर्विसेज न्यू वे हेयर ड्रेसिंग स्कूल विच एक्सपर्ट्स वल्लों दित्तियां जांदियां हन। न्यू वे हेयर ड्रेसिंग स्कूल विच लेजर हेयर रिमूवल ट्रीटमेंट भी दित्ती जांदी है। तिल, मोके, दाग जे तुहाडी ब्यूटी नू खराब कर रहे हन ते घबराउण दी लोड़ नहीं। न्यू वे हेयर ड्रेसिंग स्कूल आओ ते इन्हां सब प्रॉब्लम्स तों छुटकारा पाओ। जे तुसी भी बनना चाहुंदे हो हेयर कट, हेयर कलरिंग, मेकअप, आईब्रोज ते ब्यूटी नाल जुड़ी हर चीज दे एक्सपर्ट ते ज्वाइन कर सकते हो जी न्यू वे हेयर ड्रेसिंग स्कूल। कोर्सेज बारे जानकारी लैन ले तुसी संपर्क कर सकते हो न्यू वे हेयर ड्रेसिंग स्कूल दे विच। न्यू वे हेयर ड्रेसिंग स्कूल गवर्नमेंट वालों ऑथराइज्ड है। तेरे बिना जिंदगी गुजारांगे किवें, जाने जान के नू पुकारांगे किवें, करोगे जे करोगे जे दगा करोगे, साडे वाली मौत तुसी वी ते मरोगे। अल्ला वेख दे जुल्म कमाओगे, बड़ा पछताओगे, बड़ा पछताओगे, मुझे छोड़ कर जो तुम जाओगे। एक बार आओगे ते बार बार आओगे नीटू सलोन एंड स्पा। इंश्योरेंस बारे असीं सारे जानते हैं पर फिर भी उसका ना सुनसार डर जाने कि शायद लाइफ इंश्योरेंस साढ़े मरण तो बाद वाले नू फायदा कर दिए। पर जेकर तुसी RRSP बारे जानना चाहते हो कि टैक्स किस तरह बचा सकते हो, RRSP लेनी चाहिए है या नहीं लेनी चाहिए, टर्म इंश्योरेंस की है, यूनिवर्सल इंश्योरेंस का की मतलब है, ते जां क्रिटिकल इंश्योरेंस कौन कौन ले सकता है, मोरगेज की इंश्योरेंस बैंक तो लेनी चाहिए है या प्राइवेट, ਜਾਂ ਸਾਡੇ ਬੁਢਾਪੇ ਦਾ ਸਹਾਰਾ ਵੀ ਕੀ ਇੰਸ਼ੋਰੈਂਸ ਬਣ ਸਕਦੀ ਹੈ। ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਦੇ ਲਈ ਗੈਰੀ ਜੀ ਨੂੰ ਫੋਨ ਕਰ ਸਕਦੇ ਹੋ 7789893890 7789893890 ਲਾਈਫ ਇੰਸ਼ੋਰੈਂਸ।